ਸਤਿ ਸ੍ਰੀ ਅਕਾਲ ਸਾਥੀਓ ਮੈਂ ਗੁਰੂਆਂ ਦੀ ਚਰਨਛੋਹ ਪ੍ਰਾਪਤ ਪੰਜਾਬ ਦੀ ਇਸ ਪਵਿੱਤਰ ਧਰਤੀ ਨੂੰ ਨਮਨ ਕਰਦਾ ਇਹ ਉਹ ਧਰਤੀ ਹੈ ਜਿੱਥੇ ਗੁਰੂਆਂ ਨੇ ਅਟੁੱਟ ਲੰਗਰ ਚਲਾਇਆ ਸੀ ਜਿੱਥੋਂ ਕੋਈ ਵੀ ਲੋੜਵੰਦ ਭੁੱਖਾ ਤੇ ਨਿਰਾਸ਼ ਨਹੀਂ ਮੁੜਿਆ ਪਰ ਅੱਜ ਜਦੋਂ ਝਾਤੀ ਮਾਰ ਕੇ ਦੇਖਦੇ ਹਾਂ ਦਿੱਲੀ ਤੋਂ ਲੈ ਕੇ ਯੂਪੀ ਤਾਈ ਮਹਾਰਾਸ਼ਟਰ ਤੋਂ ਲੈ ਕੇ ਮੱਧ ਪ੍ਰਦੇਸ਼ ਤਾਈ ਸਾਡੇ ਹਜ਼ਾਰਾਂ ਸੈਂਕੜੇ ਪ੍ਰਵਾਸੀ ਜਿਹੜੇ ਮਜ਼ਦੂਰ ਗਰੀਬ ਭਰਾ ਹੈ ਅੱਜ ਰੋਜੀ ਤੇ ਰੋਟੀ ਦੀ ਘਾਟ ਕਰਕੇ ਸੈਂਕੜਾ ਕਿਲੋਮੀਟਰ ਚੱਲ ਕੇ ਆਪਣੇ ਘਰਿਆਂ ਨੂੰ ਵਾਪਸ ਜਾਣ ਵਾਸਤੇ ਮਜਬੂਰ ਹੋ ਗਏ ਨੇ ਪਰ ਪੰਜਾਬ 'ਚ ਇਸ ਕਿਸਮ ਦਾ ਵਰਤਾਰਾ ਕਿਤੇ ਨਹੀਂ ਦਿਸਦਾ ਕਿਉਂਕਿ ਪੰਜਾਬ ਦਾ ਇੱਕ ਕੈਰੇਕਟਰ ਹੈ ਪੰਜਾਬ ਦੇ ਉੱਤੇ ਗੁਰੂ ਮਹਾਰਾਜ ਦੀ ਏਡੀ ਮਿਹਰ ਹੈ ਇੱਥੇ ਬਖਸ਼ਿਸ਼ ਪ੍ਰਾਪਤ ਹੈ ਵੀ ਕੋਈ ਵੀ ਲੋੜਵੰਦ ਤੇ ਭੁੱਖਾ ਕਦੇ ਵੀ ਕਿਸੇ ਦਰਵਾਜ਼ੇ ਤੋਂ ਮੁੜਦਾ ਨਹੀਂ ਨਿਰਾਸ਼ ਨਹੀਂ ਮੁੜਦਾ ਤੇ ਅੱਜ ਕੱਲੇ ਪੰਜਾਬ ਦੀ ਕੀ ਗੱਲ ਕਰੀਏ ਅੱਜ ਦੇਖੀਏ ਅਮਰੀਕਾ ਕੈਨੇਡਾ ਯੂਰਪ ਇੰਗਲੈਂਡ ਉਥੇ ਵੀ ਗੁਰੂ ਕੇ ਘਰ ਦੇ ਅੰਦਰ ਖੁੱਲੇ ਲੰਗਰ ਜਿਹੜੇ ਅੱਜ ਚੱਲ ਰਹੇ ਐ ਲੋੜਵੰਦਾ ਵਾਸਤੇ ਇਥੇ ਦਿੱਲੀ ਦੇ ਅੰਦਰ ਗੁਰਦੁਆਰਾ ਸੀਸਗੰਨ ਸਾਹਿਬ ਤੋਂ ਇਥੋਂ ਲੈ ਕੇ ਅਬੋਰ ਤਾਈ ਗੁਰਦੁਆਰਾ ਨਾਨਕ ਸਰ ਦੇ ਅੱਜ ਲੰਗਰ ਲੋੜਵੰਦਾ ਵਾਸਤੇ ਖੁੱਲੇ ਆ ਸਾਡੇ ਪੰਜਾਬ ਨੂੰ ਇੱਕ ਬਖਸ਼ਿਸ਼ ਪ੍ਰਾਪਤ ਹੈ ਅੱਜ ਮਾਨਵਤਾ ਦੇ ਸਾਹਮਣੇ ਇੱਕ ਬਹੁਤ ਹੀ ਔਖੀ ਘੜੀ ਆਈ ਹੈ ਇਸ ਘੜੀ ਦੇ ਵਿੱਚ ਸਾਨੂੰ ਪੰਜਾਬੀਆਂ ਨੂੰ ਜਿਹੜਾ ਆਮਾਨ ਤੇ ਬਖਸ਼ਿਸ਼ ਪ੍ਰਾਪਤ ਸਾਥੀਓ ਅੱਜ ਸਾਡੀ ਆ ਜਿਹੜੀ ਰਵਾਇਤ ਹੈ ਉਹਨੂੰ ਕਾਇਮ ਰੱਖਦੇ ਹੋਏ ਆ ਮੈਂ ਸਾਡੇ ਸਾਰੇ ਸਾਡੇ ਸਾਰੇ ਕਾਂਗਰਸੀ ਭਰਾਵਾਂ ਨੂੰ ਕਾਂਗਰਸੀ ਸਾਥੀ ਤੇ ਨੇਤਾਵਾਂ ਨੂੰ ਹੱਥ ਜੋੜ ਕੇ ਆ ਬੇਨਤੀ ਕਰਦੇ ਆ ਆਓ ਆਪਾਂ ਇਸ ਔਖੀ ਘੜੇ ਦੇ ਵਿੱਚ ਮਨਤਾ ਦੀ ਸੇਵਾ ਕਰਕੇ ਗੁਰੂ ਦੀ ਮਿਹਰ ਕਮਾਈਏ ਗੁਰੂ ਮਹਾਰਾਜ ਨੇ ਸਾਨੂੰ ਇੱਕ ਮੰਤਰ ਦਿੱਤਾ ਇੱਕ ਸਾਰ ਹੈ ਸਾਨੂੰ ਉਪਦੇਸ਼ ਹੈ ਦਸਾਉਂਦਾ ਉਹਦੇ ਉੱਤੇ ਚੱਲਦੇ ਹੋਏ ਵੀ ਆਪਾਂ ਨੂੰ ਆਪਣੇ ਤੌਰ ਤੇ ਵੀ ਲੋਡ ਬੰਦਾਲੀ ਮਦਦ ਕਰਨੀ ਚਾਹੀਦੀ ਹੈ ਤੇ ਜਿੱਥੇ ਕਿਤੇ ਵੀ ਸਰਕਾਰ ਨੂੰ ਸਾਡੀ ਮਦਦ ਦੀ ਲੋੜ ਹੈ ਉਹਦੇ ਵਿੱਚ ਵੀ ਆਪਾਂ ਨੂੰ ਆਪਣਾ ਪੂਰਾ ਯੋਗਦਾਨ ਪਾਉਣਾ ਚਾਹੀਦਾ ਮੈਨੂੰ ਇਸ ਗੱਲ ਦਾ ਬਈਮਾਨ ਪ੍ਰਾਪਤ ਹੈ ਸਾਥੀਓ ਵੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿਹੜਾ 10 ਲੱਖ ਪਰਿਵਾਰਾਂ ਨੂੰ ਰਾਸ਼ਨ ਦੇਣ ਦਾ ਉਪਰਾਲਾ ਕੀਤਾ ਹੈ ਉਹ ਬਹੁਤ ਹੀ ਸ਼ਲਾਖਾਇੋ ਸ਼ਲਾਖਾਇੋ ਕੰਮ ਹੈ ਸਾਥੀਓ ਅੱਜ ਇੱਕ ਸਿਰਫ ਰਾਜਨੀਤਿਕ ਪਾਰਟੀ ਦੇ ਤੌਰ ਤੇ ਨਹੀਂ ਇੱਕ ਰਾਜਨੀਤਿਕ ਮਕਸਦ ਦੇ ਨਾਲ ਨਹੀਂ ਅਜਿਕੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਇੱਕ ਪੰਜਾਬੀ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਸਾਡਾ ਧਰਮ ਬਣਦਾ ਵੀ ਅਸੀਂ ਲੋੜਵੰਦਾਂ ਦੀ ਜੋ ਮਦਦ ਸਾਡੇ ਤੋਂ ਬਣ ਹੋ ਸਕਦੀ ਹੈ ਉਹ ਕਰੀਏ ਤੇ ਗੁਰੂ ਦੀ ਮਿਹਰ ਕਮਾਈਏ ਇੱਕ ਮੇਰੀ ਹੋਰ ਵੀ ਬੇਨਤੀ ਸਾਰੇ ਸਾਡੇ ਭਰਾਵਾਂ ਨੂੰ ਹੈ ਕਿਉਂਕਿ ਇਸ ਔਖੀ ਘੜੀ ਦੇ ਵਿੱਚ ਇਸ ਇਮਤਿਹਾਨ ਦੀ ਘੜੀ ਵਿੱਚ ਸਰਕਾਰ ਨੇ ਕਰਫਿਊ ਹੈ ਜੋ ਜੋ ਵੀ ਕਦਮ ਉਠਾਇਆ ਆਪਣੀ ਸਿਹਤ ਤੇ ਸੁਰੱਖਿਆ ਵਾਸਤੇ ਉਠਾਇਆ ਹੈ ਉਹਦੇ ਵਾਸਤੇ ਆਪਾਂ ਨੂੰ ਇਨ ਬਿਨ ਨਾ ਤੇ ਪਾਲਨ ਕਰਕੇ ਇਸ ਵਿਮਹਾਮਾਰੀ ਨੂੰ ਰੋਕਣ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਮੈਨੂੰ ਪੂਰੀ ਆਸ ਹੈ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਪੰਜਾਬ ਪੰਜਾਬੀਅਤ ਮਾਲ ਹਿੰਦੁਸਤਾਨ ਛੱਡ ਪੂਰੀ ਦੁਨੀਆ ਦੇ ਉੱਤੇ ਗੁਰੂ ਮਹਾਰਾਜ ਦਾ ਇਸੇ ਤਰ੍ਹਾਂ ਮੇਰ ਪਰ ਹੱਥ ਬਣਿਆ ਰਹੇ ਤੇ ਅਸੀਂ ਇਸ ਲੜਾਈ ਦੇ ਵਿੱਚ ਮਹਾਮਾਰੀ ਦੇ ਖਿਲਾਫ ਜੇਤੂ ਹੋ ਕੇ ਨਿਕਲਾਂਗੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ